ਕਦੇ ਕਦੇ ਜ਼ਹਿਨ 'ਚ ਜ਼ਰੂਰ ਆਉਂਦਾ ਹੈ ਕਿ ਪੰਜਾਬ ਨੂੰ ਕਿਸ ਪਾਸੇ ਧੱਕਿਆ ਜਾ ਰਿਹਾ ਹੈ। ਇਹਨਾਂ 6 ਮਹੀਨਿਆਂ 'ਚ ਭਗਵੰਤ ਮਾਨ ਦੇ ਬਨਨ ਅਨੁਸਾਰ ਪਹਿਲੇ ਅੱਧਾ ਪੰਜਾਬ BSF ਦੇ ਹਵਾਲੇ ਕਰਤਾ, ਉਹਦੇ ਬਾਅਦ ਸਾਡੇ ਪਾਨੀਆਂ ਤੋਂ ਸਾਡਾ ਮੈਂਬਰ ਹਟਾਤਾ ਗਿਆ। ਅੱਜ ਵੀ ਮੈਨੂੰ ਹੈਰਾਨੀ ਕਿ ਪਾਨੀਆਂ ਬਾਰੇ ਜਾ ਕੇ ਖੱਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਵਾਲੇ ਮੁੱਖ ਮੰਤਰੀ, ਜੇ ਅੱਜ ਕੋਈ ਮੁੱਖ ਮੰਤਰੀ ਤੁਹਾਨੂੰ ਘਰੇ ਕੋਈ ਕਹਿ ਦੇ ਤੁਹਾਡਾ ਗਵਾਂਢੀ ਕਿ ਬਈ ਇਹ ਘਰ ਮੈਂ ਲੈਣਾ ਹੈ, ਤੁਹਾਡਾ ਘਰ ਲੈਣਾ, ਤੁਸੀਂ ਕੋ ਜਾ ਭੱਜ ਜਾ ਕਿ ਤੁਸੀਂ ਆਪ ਬੈਠ ਕੇ ਆਪਾਂ ਗੱਲ ਕਰੀਏ। ਗੱਲ ਕਰਨ ਵਾਸਤੇ ਕੀ ਰਹਿ ਗਿਆ? 2016 'ਚ ਸਰ ਬਾਦਲ ਨੇ ਸਾਰੀ ਰਜਿਸਟਰੀਆਂ ਵਾਪਸ ਕਰਕੇ ਲੋਕਾਂ ਨੂੰ ਜ਼ਮੀਨਾਂ ਵਾਪਸ ਕਰੀ, ਇਸ ਵਾਰ ਕਦੇ ਨਹੀਂ ਬਣੂਗਾ, ਤੇ ਗੱਲ ਕੀ ਕਰਨ ਗਿਆ ਜਦ ਸਾਡੇ ਪਾਨੀਆਂ ਦੇ ਉੱਤੇ ਕੋਈ ਹੱਕ ਹੀ ਨਹੀਂ ਹੈਗਾ, ਤੇ ਕੀ ਗੱਲਬਾਤ ਹੋ ਰਹੀ ਹੈਗੀ? ਕਦੇ ਸਾਡੀ ਰਾਜਧਾਨੀ ਚੰਡੀਗੜ੍ਹ ਨੂੰ ਕਹਿੰਦੇ ਕਿ ਖੱਟਰ ਸਾਹਿਬ ਕਹਿੰਦੇ ਕਿ ਸਾਨੂੰ ਹੋਰ ਥਾਂ ਦੇ ਦਿਓ ਸਾਡੀ ਵਿਧਾਨ ਸਭਾ, ਤੇ ਸਾਡਾ ਮੁੱਖ ਮੰਤਰੀ ਇਹ ਕਹਿਣ ਦੇ ਬਜਾਏ ਕਿ ਹੋਰ ਤੁਸੀਂ ਹਰਿਆਣੇ 'ਚ ਲੱਭੋ, ਇਹ ਚੰਡੀਗੜ੍ਹ ਸਾਡਾ, ਕਹਿੰਦਾ ਸਾਨੂੰ ਵੀ ਦੇ ਦਿਓ। ਤੇ ਹਰ ਪੱਖੋਂ ਪੰਜਾਬ ਦੇ ਨਾਲ ਸਮਝੌਤਾ, ਗੈਂਗਸਟਰਾਂ ਦੇ ਨਾਲ ਤਰਨ ਤਾਰਨ ਸੇ ਦੇਖੋ ਇੱਕ ਦੁਕਾਨ 'ਚ ਜਾ ਕੇ ਸ਼ਰੇਆਮ ਫਿਰੌਤੀ ਦੀ ਮੰਗ ਕਰਦੇ ਸੀ, ਜੇ ਨਹੀਂ ਦਿੱਤੀ ਜਾ ਕੇ ਗੋਲੀਆਂ ਨਾਲ ਛੱਲੀ ਕਰਦਾ। ਹਰ ਪੱਖੋਂ ਹਰੇਕ ਇਨਸਾਨ ਡਰ ਵਿੱਚ ਜੀ ਰਿਹਾ ਹੈ। ਪੰਜਾਬ ਦਾ ਕੋਈ ਵਾਲੀ ਵਾਰਿਸ ਹੀ ਨਹੀਂ ਹੈਗਾ, ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਮੁੱਖ ਮੰਤਰੀ ਨਹੀਂ, ਲੋਕਾਂ ਨੇ ਇੰਨੀ ਵੱਡੀ ਬਹੁਮਤ ਦੇ ਨਾਲ ਮੈਨੂੰ ਲੱਗਦਾ ਕਿੰਨੇ ਸਦੀਆਂ ਬਾਅਦ ਸਰਕਾਰ ਬਣਾਈ, ਲੇਕਿਨ ਪੰਜਾਬ ਦੇ ਹੱਕਾਂ ਨੂੰ ਨਿਲਾਮ ਕਰਕੇ ਵੇਚ ਕੇ ਕੇਜਰੀਵਾਲ ਦਿੱਲੀ ਦੇ ਹਵਾਲੇ ਕਰਕੇ ਆ ਮੁੱਖ ਮੰਤਰੀ ਆ ਸਰਕਾਰ ਬਣੀ ਬੈਠੀ ਹੈ। ਡਰ ਵੀ ਲੱਗਦਾ ਹੈ, ਦੁੱਖ ਵੀ ਹੁੰਦਾ, ਤਾਂ ਹੀ ਸਾਡੇ ਬੱਚੇ ਭੱਜ ਭੱਜ ਬਾਹਰ ਜਾ ਰਹੇ ਨੇ ਮਾਪਿਆਂ ਦੀ ਜ਼ਮੀਨਾਂ ਵੇਚ ਕੇ, ਤੇ ਪੰਜਾਬ ਇੱਕ ਖੋਖਲਾ ਹੋਣ ਦੇ ਤਦਾਦ 'ਚ ਆ ਕੇ ਖੜ ਗਏ ਨੇ। ਜਿਹੜੇ ਵਾਅਦੇ ਕੀਤੇ ਸੀ, 7 ਮਹੀਨੇ ਹੋ ਗਏ, ਕਿਸੇ ਬਜ਼ੁਰਗ ਨੂੰ, ਔਰਤ ਨੂੰ, ਮਾਂ ਨੂੰ, ਧੀ ਨੂੰ ਆਪਦੇ ਹੱਕ ਦੇ 7,000 ਨਹੀਂ ਅਜੇ ਮਿਲੇ। ਝੂਠ ਮਾਰ ਕੇ ਇੱਥੇ ਸਰਕਾਰ ਬਣਾਈ, ਹੁਣ ਇੱਥੇ ਦੇ ਪੈਸਿਆਂ ਦੇ ਨਾਲ ਜਾ ਕੇ ਦੂਜੇ ਸੂਬਿਆਂ 'ਚ ਪ੍ਰਚਾਰ ਕਰ ਰਹੇ ਨੇ। ਪੰਜਾਬ ਵਾਸਤੇ ਦੁੱਖ ਵੀ ਲੱਗਦਾ, ਮੈਂ ਉਮੀਦ ਕਰਦੀ ਹਾਂ ਲੋਕੀ ਸੁਚੇਤ ਹੋਣ ਤੇ ਇਹਨਾਂ ਦੇ ਡਰਾਮਿਆਂ ਤੋਂ ਸੁਚੇਤ ਹੋ ਕੇ ਆਪਣੇ ਹੱਕਾਂ ਵਾਸਤੇ ਹੁਣ ਲੜਾਈ ਲੜਨ ਵਾਸਤੇ ਲੋਕਾਂ ਨੂੰ ਲੜਨਾ ਪਊਗਾ।